सरपाया दा काम ने बंदियां को रख खेच के लिया सरपाया दा काम ने गलत फेरते ने उना आवारा बंदियां फाड़ के लिया सरपाया दा काम ने जिथे पे जुआ हो रहे उना नु फाड़ के लिया ए सरपाया दा काम पुलिस वाला बंदा बीच में बैठा है ते मैं इस बात ने गल कर करना कि पुलिस वाले जिने नहीं के होए काम कर रहे उना थले आए जिने सरपाया ने होए काम कर दे असियां सरपाया ਸਾਡਾ ਹੱਕ ਹੈ ਜਿਨ੍ਹਾਂ ਲੋਕਾਂ ਦੇ ਬੱਚੇ ਕੁਰਾਨ ਨਹੀਂ ਪੜ੍ਹ ਰਹੇ ਨਾ ਜਿਹੜੇ ਦੀ ਗੱਲ ਕਰ ਰਹੇ ਉਹਨਾਂ ਬੱਚਿਆਂ ਨੂੰ ਫੜ ਕੇ ਕੁਰਾਨ ਪੜਾਏ ਇਹ ਬੰਦਾ ਕਹਿੰਦਾ ਨਾ ਆਪਣਾ ਨਜ਼ਰ ਮੌਲਾ ਸਾਹਿਬ ਨੇ ਦੋਨੋਂ ਹੀ ਦੱਸ ਦਿੱਤਾ ਲੈ ਕਦੀ ਇਸ ਤਰ੍ਹਾਂ ਨਾ ਕਰੇ ਜਿਸ ਤਰ੍ਹਾਂ ਮੈਂ ਕਹਿਣ ਲੱਗਾ ਇੱਕ ਬੰਦਾ ਚਲੋ ਫਰਜ਼ੀ ਗੱਲ ਕਰ ਲੈ ਕਦੀ ਕਦੀ ਹੋਇਆ ਟਾਈਮ ਤੇ ਕਬੂਲ ਹੋ ਜਾਂਦੀ ਇੱਕ ਬੰਦਾ ਬਦਮਾਸ਼ ਗੁੰਡਾ ਬੜਾ ਪੁਰਾਣੇ ਦਰਜੇ ਦਾ ਮੁਜਰਮ ਉਹਦੇ ਬੱਚੇ ਮਸੀਤੇ ਨਹੀਂ ਆਉਂਦੇ ਮੇਰਾ ਇੱਕ ਦਾਅਵਾ ਹੈ ਕਿਸੇ ਤਰੀਕੇ ਨਾਲ ਉਹਦਿਆਂ ਬੱਚਿਆਂ ਨੂੰ ਕਾਬੂ ਕਰਕੇ ਕੁਰਾਨ ਪੜਾਓ ਉਹਦਿਆਂ ਬੱਚਿਆਂ ਨੂੰ ਕਾਬੂ ਕਰਕੇ ਕੁਰਾਨ ਪੜਾਓ ਉਹਦੀ ਬੀਵੀ ਜ਼ਰੂਰ ਬੱਚੇ ਤੁਹਾਨੂੰ ਦੇ ਦੇਗੀ ਮੌਲੀ ਸਾਹਿਬ ਬੜੀ ਮਿਹਰਬਾਨੀ ਤੁਸੀਂ ਸਾਡੇ ਤੇ ਸ਼ਾਨ ਕੀਤਾ ਕਿ ਬੱਚੇ ਤੁਸੀਂ ਸਾਨੂੰ ਪੜ੍ਹਾਉਣ ਵਾਸਤੇ ਆਖਿਆ ਬੰਦਾ ਉਹਦਾ ਪਤਾ ਨਹੀਂ ਕੈਸਾ 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 ਹੈ ਮਗਰ ਉਹ ਘਰ ਚ ਰਹਿਣ ਵਾਲੀ ਉਹ ਤੁਹਾਡੇ ਵਾਸਤੇ ਬੱਚੇ ਜ਼ਰੂਰ ਪੇਸ਼ ਕਰਦੇ ਮੇਰੇ ਬੱਚਿਆਂ ਨੂੰ ਸਭ ਕਰਾਂ ਮੈਂ ਤੁਹਾਡਾ ਸ਼ੁਕਰੀਆ ਨਹੀਂ ਅਦਾ ਕਰਦਾ ਮਾਲੇ ਚੋਂ ਪੰਜੀ ਬੰਦੇ ਉੱਥੇ ਨੇ ਜਿਹਨਾਂ ਇਹ ਗੱਲਾਂ ਕੀ ਮੌਲ ਸਾਹਿਬ ਨੂੰ ਸਮਝ ਰੱਖਣਾ ਮੌਲਵੀ ਸਾਹਿਬ ਨੂੰ ਸਮਝ ਰੱਖਣਾ ਚਲੋ ਜੀ ਫਰੀਦੀ ਸਾਹਿਬ ਛੁੱਟੀ ਕਰੋ ਜਾਓ ਉਹ ਕੱਲੀ ਬੀਬੀ ਨੇ ਆਪਣੇ ਕੰਮ ਨੂੰ ਆਖਿਆ ਸਾਡਾ ਕਾਨੂੰਨ ਜਾ ਰਿਹਾ ਹੈ ਸਾਡਾ ਕਾਨੂੰਨ ਜਾ ਰਿਹਾ ਸਾਡੇ ਬੱਚਿਆਂ ਨੂੰ ਨਾ ਇਹਨੇ ਸ਼ੀਸ਼ਾ ਵੇਖਣ ਦੀ ਦੁਆ ਪੜਾ ਛੱਡੀ ਸਾਡੇ ਬੱਚਿਆਂ ਨੂੰ ਸਲਵਾਰ ਪਾਉਣ ਦੀ ਦਰਸ ਕਰ ਦੁਆ ਪੜਾ ਛੱਡੀ ਸਾਡੇ ਬੱਚਿਆਂ ਨੂੰ ਕਦਰ ਲਾਉਣ ਦੀ ਦੁਆ ਪੜਾ ਛੱਡੀ ਸਾਡੇ ਬੱਚਿਆਂ ਨੂੰ ਗੁਸਲ ਕਰਨ ਵਿੱਚ ਚਾਹੁੰਦੀਆਂ ਨੇ ਦੁਆ ਪੜਾ ਇਹ ਕਾਨੂੰਨ ਬਹੁਤ ਚੰਗਾ ਹੈ ਇਹਨੂੰ ਜਾਨ ਨਹੀਂ ਦੇਣਾ ਚਾਹੀਦਾ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਐਡੇ ਵੱਡੇ ਮਜਮੇ ਦੇ ਵਿੱਚ ਦੋਸਤਾਂ ਨੂੰ ਅਗਰ ਉਹ ਬੰਦਾ ਜਿਹੜਾ ਬੜਾ ਹੀ ਬੁਰਾ ਜਿਹਾ ਬੰਦਾ ਹੈ ਅਗਰ ਖਲੋ ਜਾਏ ਤੇ ਕਾਲੀ ਸਾਹਿਬ ਨੂੰ ਜਾਨ ਦੇਗਾ ਹੁਣ ਕਾਲੀ ਸਾਹਿਬ ਮਕਾਨ ਨਹੀਂ ਬਦਲ ਸਕਦਾ ਮਸਜਿਦ ਨਹੀਂ ਬਦਲ ਸਕਦੇ ਅਗਰ ਸਾਰੇ ਮਹੱਲਾ ਇਤਫਾਕ ਕਰ ਗਿਆ ਉਹ ਬੰਦਾ ਕਹੇਗਾ ਤੂੰ ਮੇਰੇ ਮਕਾਨ ਵਿੱਚ ਬੱਚੇ ਪੜਾ ਮੈਂ ਤੈਨੂੰ ਨਹੀਂ ਜਾਣ ਦੇਣਾ ਦੱਸੋ ਮਹੱਲੇ ਚੋਂ ਕਾਲੀ ਨਿਕਲ ਗਿਆ ਉੱਥੇ ਮੈਂ ਬੜੇ ਲੋਕਾਂ ਨੂੰ ਟੈਲੀਫੋਨ ਕੀਤੇ ਮੈਂ ਕਿਹਾ ਮੈਂ ਜਗ੍ਹਾ ਬਦਲ ਲਈ ਮੈਂ ਤੁਹਾਨੂੰ ਲਾਹੌਰ ਆ ਗਿਆ ਇੱਕ ਕਹਿੰਦਾ ਮੈਂ ਡਿਸ ਕੇ ਚਲਾ ਗਿਆ ਦੂਜਾ ਕਹਿੰਦਾ ਮੈਂ ਕਲਾਸ ਕੇ ਚਲਾ ਗਿਆ ਤੀਜਾ ਕਹਿੰਦਾ ਮੈਂ ਫਲਾਣੇ ਥਾਂ ਚਲਾ ਗਿਆ ਠੀਕ ਹੈ ਜਿੱਥੇ ਜਿੱਥੇ ਰੋਟੀ ਖਿਲਦੀ ਹੈ ਉਹ ਵੀ ਇਸ ਨਾਲ ਖਾਣੀ ਜ਼ਰੂਰ ਹੈ ਮਗਰ ਇਰਾਦਾ ਬਣਾਓ ਕਿ ਅਸੀਂ ਜਿੱਥੇ ਜਿੱਥੇ ਹੈ ਅੱਗੇ ਇੱਥੇ ਹੀ ਰਹਿ ਅਸੀਂ ਜਿੱਥੇ ਹੈ ਇੱਥੇ ਹੀ ਰਹਿ ਅੱਛਾ ਇੱਕ ਇਹਦੇ ਉੱਤੇ ਡਿਮਾਂਡ ਹੈ ਕਿ ਇੱਥੇ ਰਹੇ ਬੰਦਾ ਇੱਥੇ ਰਹੇ ਤਾਂ ਤਨਹਾ ਕੋਈ ਤਨਹਾ ਥੋੜ੍ਹੀ ਥੋੜ੍ਹੀ ਤਨਹਾ ਤਾਂ ਗੁਜ਼ਾਰੇ ਨਹੀਂ ਹੁੰਦਾ ਸੱਸ ਵੀ ਹੈ ਸਹੁਰਾ ਵੀ ਹੈ ਸਵਾਲੀਆਂ ਵੀ ਨੇ ਭੈਣਾਂ ਵੀ ਨੇ ਧੀਆਂ ਵੀ ਨੇ ਸ਼ਾਦੀਆਂ ਵੀ ਕਰਨੀਆਂ ਨੇ ਸਾਰੇ ਕੰਮ ਕਰਨੇ ਨੇ ਅਸੀਂ ਲੋਕਾਂ ਨੂੰ ਦਾਵਤ ਦੇ ਰਹੇ ਹਾਂ ਅੱਲਾਹ ਦਾ ਜ਼ਿਕਰ ਕਰੋ ਤੇ ਅੱਲਾਹ ਇਮਦਾਦ ਕਰਦਾ ਸੋਨੇ ਦਾ ਨਾਮ ਲਓ ਤੇ ਸੋਨਾ ਮੁਸ਼ਕਲਾਂ ਆਏਗਾ ਲੋਕਾਂ ਨੂੰ ਜੀ ਦੇ ਦੱਸ ਰਹੇ ਮੈਂ ਇਮਾਨ ਤੇ ਕੁਰਾਨ ਵਾਲੇ ਗੱਲ ਕਹਿਣਾ ਅਗਰ ਅਸੀਂ ਇਸ ਆਪਣੇ ਪੈਗਾਮ ਤੇ ਖੁਦ ਅਮਲ ਕਰੀਏ ਅੱਲਾਹ ਸਾਡੀ ਇਮਦਾਦ ਨਹੀਂ ਕਰਦਾ ਸ਼ਾਹ ਰਹੇ ਅੱਲਾਹ ਸਾਡੀ ਵੀ ਜ਼ਰੂਰ ਬਲਕੇ ਉਹਨਾਂ ਲੋਕਾਂ ਨੂੰ ਪਹਿਲਾਂ ਇਮਦਾਦ ਕਰਦਾ ਕੁਝ ਨੂੰ ਵਜ਼ੀਫਾ ਦੱਸਿਆ ਉਹ ਫਾਸਕ ਫਾਜ਼ਿਲ ਆਦਮੀ ਜਿਹਨੂੰ ਵਜ਼ੀਫਾ ਦੱਸਿਆ ਉਹ ਝੂਠ ਵਾਲਾ ਆਦਮੀ ਜਿਹਨੂੰ ਵਜ਼ੀਫਾ ਦੱਸਿਆ ਉਹ ਸੂਦ ਖਾਣ ਵਾਲਾ ਆਦਮੀ ਜਿਹਨੂੰ ਵਜ਼ੀਫਾ ਦੱਸਿਆ ਗਲਤ ਬਿਆਨੀ ਕਰਨ ਵਾਲਾ ਆਦਮੀ ਤੇ ਜਿਹੜਾ ਵਾਸ ਕਰ ਰਿਹਾ ਉਹ ਸੁਨਤ ਦਾ ਪਾਬੰਦ ਹੈ ਜਿਹਨੂੰ ਵਾਸ ਜਿਹੜਾ ਵਾਸ ਕਰ ਰਿਹਾ ਉਹ ਦਸਤਾਰ ਬੰਨ ਕੇ ਸੁਨਤ ਦਾ ਪਾਬੰਦ ਹੈ ਜਿਹਨੂੰ ਜਿਹੜਾ ਵਾਸ ਕਰ ਰਿਹਾ ਉਹ ਮਿੰਬਰੇ ਸੂਦ ਦੇ ਰਹਿਣ ਵਾਲਾ ਹੈ ਜਿਹੜਾ ਵਾਸ ਕਰ ਰਿਹਾ ਉਹ ਮਸਲਾ ਸੂਦ ਦੇ ਕਰਾਉਣ ਵਾਲਾ ਹੈ ਉਹਦੇ ਤੇ ਇਹਦੇ ਚ ਫਰਕ ਕੋਈ ਨਹੀਂ ਹੈ ਅਗਰ ਉਹ ਵਜ਼ੀਫਾ ਪੜੇ ਤੇ ਦਰਿਆ ਪਾਰ ਕਰ ਸਕਦਾ ਤੇ ਜੇ ਮੈਂ ਵਜ਼ੀਫਾ ਪੜਾਂ ਤਾਂ ਮੈਂ ਦਰਿਆ ਕਿਉਂ ਨਹੀਂ ਪਾਰ ਕਰ ਸਕਦਾ ਮੈਂ ਕਿਉਂ ਨਹੀਂ ਇਸ ਦਰਿਆ ਚ ਪੜ ਰਿਹਾ ਕੀ ਹੋ ਰਿਹਾ ਹਾਜ਼ਰੀ ਨੇ ਮੈਂ ਫਰਕ ਸਾਡੀ ਪਨੀਰੀ ਸਾਡੀ ਪਨੀਰੀ ਲੋਕਾਂ ਦੇ ਘਰ ਚ ਆ ਕੇ ਉਹ ਕਹਿੰਦੇ ਨੇ ਚਾਚਾ ਜੀ ਤੁਹਾਡਾ ਕੋਈ ਬੱਚਾ ਮੇਰੇ ਪਾਣੀ ਬੱਚੇ ਸੁਣ ਕੇ ਸਾਨੂੰ ਦੇਖਿਆ ਨਿਆਸ ਬੋਲਣਾ ਕਰਤੀ
Thank you.
ਆ ਜਾਣ ਆਪੇ
ekte evi jumla agar kisi ko takshir aaye hove tanqeed di shakal ch nahi is baat di shakal ch koi mere to baad ek gal karan to baad takshir aaye de sakda hove te har bande nu uski ijazat vi hai e nahi ho laga ki meri gal kisi suni nahi hai apniyan kamzoriyan nu assi kis tarah khatam kar sakde hain apniyan kamzoriyan khatam karan de mere nazdeek do hi tareeke hain اخلاص پیش کیتا جائے نیت خالص خدا دی رضا واسطے ہوئے اسا تاریخ نہیں کوئی بلڈ کوئی تاریخ نہیں کوئی اسا سر بھی پڑھیے نہ بھی پڑھیے فقہ پڑھیے اور دشمن دی چند چیزاں معلومات حاصل کیتا ہے ترجمہ بھی سارا نہیں اسی پڑھ سکے تو بہر صورت اے اسی تاریخ پڑھیے جنگ جوان پڑھیے میں